ਜਿਹੜਾ ਸਕੱਤਰ ਹੁੰਦੇ ਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਾ ਕੇ ਦੇਖੋ ਗੱਡੀ ਲਈ ਅਤੇ ਨਾ ਪੈਟਰੋਲ ਦਾ ਖਰਚਾ, ਇਸ ਦਾ ਕਿੰਨੀ ਸੱਚਾਈ ਹੈ? ਦੇਖੋ ਇਹ ਕੋਈ ਬਾਹਲੀ ਮਾਣ ਕਰਨ ਵਾਲੀ ਗੱਲ ਨਹੀਂ ਗੀ, ਪਰ ਇਹ ਗੱਲ ਠੀਕ ਆ ਕਿ ਜਿਹੜੇ ਗੱਡੀ ਲੈ ਕੇ ਚੱਲ ਰਹੇ ਆ ਉਹ ਵੀ ਕੰਮ ਕਰ ਰਹੇ ਆ। ਸੋ ਮੈਂ ਤਾਂ ਇਸ ਗੱਲ ਦੇ ਵਿੱਚ ਵਿਸ਼ਵਾਸ ਧਾਰ ਰਹੀ ਹਾਂ ਕਿ ਗੁਰੂ ਘਰ ਦੇ, ਗੁਰੂ ਦੀ ਗੋਲਕ ਦੇ ਜਿਹੜੇ ਖਰਚੇ ਆ ਉਹ ਕਿਸ ਤਰ੍ਹਾਂ ਘੱਟ ਸਕਦੇ ਆ। ਸੋ ਜਿਹੜਾ ਕੁਛ ਗੁਰੂ ਨੇ ਮੈਨੂੰ ਦਿੱਤਾ ਬਖਸ਼ਿਸ਼ ਦੇ ਤੌਰ 'ਤੇ, ਚਾਹੇ ਗੱਡੀਆਂ ਦਿੱਤੀਆਂ ਚਾਹੇ ਤੇਲ ਦਿੱਤਾ, ਤਾਂ ਉਹ ਮੈਂ ਸਮਝਦਾ ਕਿ ਉਹ ਗੁਰੂ ਦਾ ਦਿੱਤਾ ਹੋਇਆ। ਤਾਂ ਉਸ ਗੱਲ ਲਈ ਮੈਂ ਇਹ ਸਮਝਿਆ ਕਿ ਇਸ ਗੱਲ ਲਈ ਜੇ ਕੋਈ ਗੋਲਕ ਦਾ ਖਰਚਾ ਘੱਟ ਸਕਦਾ ਤਾਂ ਉਸ ਗੱਲ 'ਚ ਮੈਂ ਵਿਸ਼ਵਾਸ ਪਟਾਇਆ, ਪਰ ਮੈਂ ਨਾ ਇਹਦਾ ਮਾਣ ਕਰਦਾ ਨਾ ਕੋਈ ਗੱਡੀਆਂ ਲੈਣ ਵਾਲਿਆਂ ਦਾ ਵਿਰੋਧ ਕਰਦਾ। ਜੇ ਕੋਈ ਇਸ ਗੱਲ ਦੇ ਸਮਰੱਥ ਹੈ ਤਾਂ ਜ਼ਰੂਰ ਉਹਨੂੰ ਇਸ ਗੱਲ ਲਈ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸਰਕਾਰ ਨਹੀਂ ਹੈਗੀ, ਇਹ ਇੱਕ ਪ੍ਰਬੰਧ ਆ। ਸੋ ਉਹਨਾਂ ਪ੍ਰਬੰਧਾਂ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਜਿੰਨੇ ਵੀ ਖਰਚੇ ਬਚ ਸਕਣ ਉਹਨੂੰ ਬਚਾਇਆ ਜਾਣਾ ਚਾਹੀਦਾ। ਪਰ ਮੈਂ ਫਿਰ ਇਹ ਕਹਿੰਦਾ ਕਿ ਉਹਨਾਂ ਪ੍ਰਬੰਧਾਂ ਦੇ ਵਿੱਚ ਗੱਡੀਆਂ ਨਾ ਲੈ ਕੇ ਪ੍ਰਬੰਧ ਦਾ ਜਿਹੜੀ ਰਵਾਨਗੀ ਘੱਟ ਨਹੀਂ ਹੋਣੀ ਚਾਹੀਦੀ, ਪਰ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕੀਤੀ ਆ, ਮੈਂ ਆਪਣੇ ਤੌਰ 'ਤੇ ਇਹ ਗੱਲ ਕਹਿੰਦਾ ਕਿ ਮੈਨੂੰ ਲੱਗਿਆ ਕਿ ਇਸ ਗੱਲ ਦੇ ਵਿੱਚ ਜੇ ਗੁਰੂ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ ਤਾਂ ਮੈਨੂੰ ਜ਼ਰੂਰਤ ਨਹੀਂ ਹੈ।